ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਵੇਰੀਆ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਦੇਖਾਂ ਭਰਾਵਾਂ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹਾਂ ਵੀਡੀਓ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਹੈ ਭਾਈ ਮਦਸਰ ਵੜਿਆਜ ਦੀ ਵੀਡੀਓ ਅੱਗੇ ਬਸ ਸਿਲਸਿਲਾਵਰ ਵੀਡੀਓ ਜਿਹੜਾ ਨਾ ਇਹ ਤੁਸੀਂ ਵੇਖਦੇ ਪਏ ਕਿ ਬੁੱਧ ਵਾਲੇ ਦਿਨ ਇਹਨਾਂ ਦੀ ਵੀਡੀਓ ਜਿਹੜੀ ਹੈ ਅਪਲੋਡ ਹੁੰਦੀ ਹੈ ਲੇਕਿਨ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ ਇਹ ਵਾਰ ਤੋਂ ਹਟ ਕੇ ਇਹਨਾਂ ਦੀ ਜਨਾਬ ਵੀਡੀਓ ਬਣਨ ਲੱਗੀ ਹੈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਇੱਕ ਹੀ ਝੋਟੀ ਹੈ ਜਿਹੜੀ ਇਹਨਾਂ ਵੀਡੀਓ ਚ ਲਾਣੀ ਹੈ ਬਾਕੀ ਝੋਟੀ ਵੇਖ ਲੈਣੀ ਹੈ ਅਗਲੀ ਗੱਲਬਾਤ ਜਿਹੜੀ ਹੈ ਉਹ ਜਿਹੜੇ ਵੀ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਫੈਨ ਕਰ ਲੈਣਾ ਬਾਕੀ ਵੀਡੀਓ ਦਾ ਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੇ ਇਹਨਾਂ ਦਾ ਸਾਰੋ ਕੀ ਲੱਗੇ ਚ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾ ਆਉਣਾ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਨਾ ਸਰਗੋਧਾ ਰੋਡ ਉਸ ਰੋਡ ਦੇ ਉੱਤੇ ਆਉਣਾ ਤੇ ਅੱਗੇ 3 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੇ ਲੱਗੇ ਚ ਇਹਨੇ ਮਜ਼ੀਦ ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ ਨੰਬਰ ਜਿਹੜਾ ਨਾ ਭਾਈ ਮਦਸਰ ਦਾ ਇਹ ਸਕਰੀਨ ਤੇ ਲੱਗ ਜਾਣਾ ਲੋਕੇਸ਼ਨ ਜਿਹੜੀ ਹੈ ਨਾ ਕੋਈ ਨਾ ਕੋਈ ਵਟਸਐਪ ਤੇ ਮੰਗਾ ਲੈਣੀ ਹੈ ਤੇ ਬਾਕੀ ਅੱਲਾ ਪਾਕ ਰੱਖੇ ਖੈਰ ਤੇ ਬਿੱਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਚਰੋ ਮੁਸਲਮਾਨ ਭਰਾ ਵਸਦੇ ਨੇ ਉਹਨਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ ਘਰ ਵਾਰ ਦੀ ਤਰ੍ਹਾਂ ਸੁਸੀ ਦੁਆ ਪਰਦੇਸੀਆਂ ਵਾਸਤੇ ਪਰਦੇਸ ਗਏ ਨੇ ਭੈਣਾਂ ਭਰਾਵਾਂ ਮਾਂ ਪਿਓ ਤੋਂ ਦੂਰ ਗਏ ਅੱਲਾਹ ਤਾਲਾ ਉਹਨਾਂ ਨੂੰ ਆਪਣੀ ਬ੍ਰਹਮਾਂ ਚ ਰੱਖੇ ਤੇ ਹੈ ਹਿਜਤ ਨਾ ਆਪਣੇ ਵਤਨਾਂ ਵਿੱਚ ਨਾ ਘਰਾਂ ਵਿੱਚ ਵਾਪਸ ਲੈ ਕੇ ਆਵੇ ਤੇ ਸਾਡੇ ਚੈਨਲ ਨੂੰ ਵੇਂਦੇ ਰਹੋ ਤੇ ਸਬਸਕ੍ਰਾਈਬ ਕਰ ਦਿਓ ਵੈਰੀ ਗੁੱਡ ਜਨਾਬ ਜੀ ਲੋ ਜੀ ਖੋਲੋ ਜੀ ਝੋਟੀ ਜਿਹੜਾ ਨਾ ਇੱਕ ਵਾਰੀ ਬਲਾਲ ਝੋਟੀ ਤੇ ਕਾਸੜੇ ਪਹਿਲਣ ਲੈਣੇ ਦੇਣੇ ਜਨਾਬ ਨਸੀਬ ਨੇ ਝੋਟੀ ਵੇਖ ਲੈਣੀ ਹੈ ਜਿਹੜੀ ਆਪ ਹੈ ਨਾ ਉੱਡਾ ਹੀ ਭਾ ਲਿਬਾਸ ਤੇ ਉੱਡਾ ਹੀ ਸੋਹਣਾ ਗੁੱਲਾ ਮਾਸ਼ਾਅੱਲਾ ਜੀ ਲਿਬਾਸ ਚੰਗਾ ਫਿਰ ਥਣ ਚੰਗਾ ਝੋਟੀ ਲੋ ਜੀ ਪਹਿਲਣ ਝੋਟੀ ਜਿਹੜਾ ਨਾ ਇਹ ਪੇ ਮੈਂ ਦੱਸਾਂ ਮੂੰਹ ਚੋਂ ਕੇਰੇ ਝੋਟੀ ਮੂੰਹ ਚੋਂ ਭਾ ਛਿੱਕੀ ਜਿਹੜੇ ਠੀਕ ਹੈ ਲੋ ਜੀ ਮੂੰਹ ਚੋਂ ਚੋਕੇ ਛਿੱਕੀ ਜਿਹੜਾ ਨਾ ਇਹ ਝੋਟੀ ਇਹ ਪਹਿਲਣ ਮਾਸ਼ਾਅੱਲਾ ਜੀ ਹਾਈਟ ਵੇਲ ਔਰ ਮੁਕੰਮਲ ਜਿਹੜਾ ਨਾ ਇਹ ਝੋਟੀ ਭਰਾਵਾਂ ਨੇ ਵੇਖ ਲੈਣੀ ਹੈ ਲੈਣੇ ਲੈਣੇ ਜਿਹੜਾ ਨਾ ਮਰਜ਼ੀ ਕੋਈ ਭਰਾ ਵਟਸਐਪ ਤੇ ਚਾਹੀਦਾ ਹੀ ਹੋਵੇ ਨਾ ਭਰਾ ਨੂੰ ਕਿਉਂਕਿ ਮੇਰੇ ਕੋਲ ਹੀ ਸੂਈ ਹੈ ਤੇ ਮੇਰੇ ਕੋਲ ਇਹਦਾ ਬੱਚਾ ਹੀ ਮਰਿਆ ਤੇ ਗੱਬਣ ਦੇ ਹਜ਼ਾਰੇ ਸੂਈ ਹੈ ਨਾ ਹਜ਼ਾਰ ਦੀ ਮੇਰੇ ਕੋਲ ਵੀਡੀਓ ਦਾ ਗੱਬਣ ਦੀ ਮਕਸਦ ਇਹ ਹੈ ਕਿ ਕਿਸੇ ਵੀ ਭਰਾ ਨੂੰ ਪਸੰਦ ਆਵੇ ਨਾ ਇਹਦੀ ਜਨਾਬ ਤਸੱਲੀ ਚਾਹੀਦੀ ਹੋਵੇ ਤੇ ਵੀਡੀਓ ਜਨਾਬ ਗੱਬਣ ਦੀ ਵੀ ਔਰ ਬੱਚੇ ਦੀ ਵੀ ਜਿਹੜੀ ਹੈ ਨਾ ਲੋ ਜੀ ਭਾਈ ਮੈਂ ਤਾਂ ਸਰ ਮਿਲਣ ਜਿਹੜਾ ਦੀ ਕੀ ਕੰਡੀਸ਼ਨ ਹੈ ਜਿਹੜਾ ਭਰਾਵਾਂ ਨੂੰ ਖਾਣੇ ਆ ਭਾਰ ਜਾ ਕੇ ਅੱਗੇ ਵੱਡਾ ਚੋਕਰ ਪਾਣਾ ਠੀਕ ਹੈ ਪੂਰਾ ਲੈਂਦੀ ਹੈ ਠੀਕ ਹੈ ਜਿੱਥੇ ਜੂੜ ਪਾ ਲੈਣਾ ਨਾ ਭਾਰ ਜੀ ਉਹ ਦੱਸ ਵੀ ਨਹੀਂ ਵੈਰੀ ਗੁੱਡ ਜੀ ਪਾੜੇ ਲੱਗੀ ਹੈ ਪਾੜੇ ਲੱਗੀ ਵੱਡਾ ਚੋਕਰ ਸੱਟ ਕੇ ਜਨਾਬ ਵੰਗਾ ਲਾ ਕੇ ਝੋਟੀ ਦੇ ਥੱਲੇ ਪੈ ਜਾਣਾ ਤੇ ਝੋਟੀ ਹੱਲਣ ਨਹੀਂ ਲੱਗੇ ਨਾਲੇ ਭਾਰ ਜੀ ਇੱਕ ਹੋਰ ਗੱਲ ਭਰਾਉਣ ਦੱਸਣੀ ਹੈ ਦੇਖੋ ਮੈਂ ਅਕਸਰ ਦਰ ਕਰਦਾ ਹੁੰਦਾ ਮੈਂ ਆਪਣੇ ਵਿੱਚ ਕਰ ਰਿਹਾ ਹਾਂ
ਦੂਸਰੇ ਟਾਈਮ ਹੀ ਨਾ ਮਿਲ ਪੈਣਾ ਜੂਰ ਜੂਰ ਲਾਓ ਠੀਕ ਹੋ ਗਿਆ ਜੀ ਵੰਗਾ ਲਾ ਕੇ ਜਨਾਬ ਵੰਡਾ ਚੋਕਰ ਅੱਗੇ ਸੱਟ ਕੇ ਥੱਲੇ ਬਹਿ ਜਾਣਾ ਤੇ ਝੋਟੀ ਹਲਣ ਨੀ ਲੱਗੀ ਹਲਣ ਨੀ ਲੱਗੀ ਔਰ ਪਹਿਲਾਂ ਨੇ ਦੂਸਰੇ ਟਾਈਮ ਲਾ ਗਿਆ ਸਾਡੇ ਕੋਲ ਟਾਈਮ ਕੋਈ ਨਹੀਂ ਆਇਆ 10-12 ਡੰਗਰ ਹੁੰਦੇ ਨੇ ਠੀਕ ਹੈ ਤੇ ਫਿਰ ਜਰਾ ਭਾੜਾ ਟਾਈਮ ਮੰਗਦਾ ਲੇਕਿਨ ਇਹ ਨਾ ਮੈਨੂੰ ਨੀ ਮੇਰੇ ਟਾਈਮ ਮੰਗੇ ਜਿਹਦੀ ਝੋਟੀ ਲੱਗੀ ਹੈ ਨਾ ਭਾੜੇ ਤੇ ਲੱਤ ਵੀ ਨਹੀਂ ਚੁੱਕਣੀ ਇਨਸ਼ਾਅੱਲਾ ਜਵਾਬ ਭਾ ਡਕ ਸੋਹਣਾ ਦਾ ਮੋਟਾ ਹੋਵੇ ਦਾ ਮੈਂ ਅਕਸਰ ਆਂਦਾ ਹੁੰਦਾ ਨਾ 11-12 ਸਾਲ ਦਾ ਬੱਚਾ ਅੱਲਾ ਮੇਰਾ ਸੋਹਣਾ ਹੈਰ ਕਰੇ ਨਾ ਉਹ ਵੀ ਚੋਵੇ ਦਾ ਵੇਖੋ ਕੋਈ ਲੱਤ ਨੀ ਆਖਿਆ ਗਾ ਹੋਵੇ ਜੀ ਬਿਲਕੁਲ ਜਨਾਬ ਉਹਦਾ ਵੰਗਾ ਪਾਇਆ ਵੰਗਾ ਲਾ ਕੇ ਥੱਲੇ ਪੈ ਜਾਣਾ ਕੀ ਦੁੱਧ ਇਸ ਟਾਈਮ ਝੋਟੀ ਕੋਲ ਆਇਆ ਜੇ ਝੋਟੀ ਕੋਲ ਭਾ ਸਾਰੀ ਥੱਲੇ ਦੁੱਧ ਦੇ ਰਾਤ ਸੱਟੀ ਸੀ ਤਕਰੀਬਨ ਅੱਜ 18ਵਾਂ ਡੰਗ ਸੀ ਠੀਕ ਹੈ ਦਿਹਾੜੇ ਰਾਤ ਸੱਟੜੀ ਸੀ ਠੀਕ ਹੋ ਗਿਆ ਝੋਟੀ ਕੋਲ ਸਾਰੀ ਥੱਲੇ ਦੁੱਧ ਦੇ ਭਾ ਜੀ 12-13 ਸਾਰੀ ਕੋਲ ਸਾਰੀ ਕੋਲ ਮੈਂ ਭਰਾਵਾਂ ਨੂੰ 11 ਇੱਕ ਸੱਲੀ ਦੇਣੀ ਹੈ ਜੀ 12 ਦਵੇ ਤਾਂ ਭਰਾ ਮੇਰਾ ਦੁਆ ਕਰ ਹੜਨ ਠੀਕ ਹੈ ਜੇ ਥੱਲੇ ਹੋਵੇ ਤੇ ਮੈਂ ਉਸਦਾ ਜ਼ਿੰਮੇਵਾਰੀ ਹੈ ਵੈਰੀ ਗੁੱਡ ਜਨਾਬ ਲੋ ਜਿਹੜੀ ਗੱਲ ਕਰਾਂ ਭਾ ਗੱਲ ਦਾ ਪਹਿਰਾ ਦਵਾਂਦਾ ਜਵਾਬ ਵੇਖੋ ਕਿੱਡਾ ਸੋਹਣਾ ਜੀ ਬਿਲਕੁਲ ਜੀ ਉਹ ਜਵਾਈ ਵੀ ਸ਼ੁਰੂ ਹੋ ਗਈ ਜੀ ਮਿਲਣ ਜਿਹੜਾ ਨਹੀਂ ਵੇਖ ਲੈਣਾ ਜਨਾਬ ਔਰ ਦੁੱਧ 11 ਕਿਲੋ ਜਿਹੜਾ ਹੈ ਨਾ ਪੱਕਾ ਹੋਵੇ ਦਾ ਭਾ ਇਸ ਨੂੰ ਸੇਰ ਉੱਤੇ ਹੀ ਇਹ ਦੀ ਮੈਂ ਥੱਲੀ ਆ ਦਾ ਮੈਂ ਦੇਣਾ ਕੋਈ ਘਰਾ ਘਰ ਆਵੇ ਨਾ ਤੇ ਸਿਰ ਥੱਲੇ ਨਾ ਆਪਣਾ ਵੈਰੀ ਗੁੱਡ ਜੀ ਮੈਂ ਇਹਨਾਂ ਸਿਰ ਚੁੱਕ ਕੇ ਅੱਖਾਂ ਦੀ ਸੇਰ ਵਾਜੀ ਵੈਰੀ ਗੁੱਡ ਜੀ ਲੋ ਜੀ ਦੁੱਧ 11 ਕਿਲੋ ਜਨਾਬ ਹਾਜ਼ਰ ਮੌਕੇ ਜਿਹੜਾ ਨਾ ਝੋਟੀ ਪਹਿਲਣ ਕੋਲੇ ਇਹ ਮੌਜੂਦ ਹੈ ਬਾਕੀ ਮਿਲਣ ਜਿਹੜਾ ਨਾ ਲਾ ਧਾਰ ਚੁਆਈ ਜਿਹੜੀ ਹੈ ਭਾਜੀ ਇਹ ਫਿਰ ਨਸਲ ਹੀ ਹੁੰਦੀ ਹੈ ਹਰ ਪਾਸੋਂ ਭਾਜੀ ਕਿਸੇ ਪਾਸੇ ਖੁੰਜੀ ਕੋ ਬਰੀਕ ਹੈ ਨਾ ਬਰੀਕ ਹੈ ਸਾਰੀ ਚਲੋ ਜੀ ਤੇ ਕੋਈ ਪਹਿਲਣ ਤੇ ਸਜਰੀ ਉਹ ਮੈਂ ਫੇਰ ਇੱਕ ਵਾਰੀ ਭਰਾਵਾਂ ਨੂੰ ਆਖਣਾ ਜੇ ਕਿਸੇ ਭਰਾ ਨੂੰ ਘੁੱਟ ਕੇ ਪਸੰਦ ਆਵੇ ਠੀਕ ਹੈ ਫੇਰ ਉਹ ਇਮਾਨ ਮੇਰੇ ਕੋਲ ਸੂਈ ਹੈ ਮੈਂ ਗੱਭਣ ਹੀ ਲਿਆਂਦੀ ਹੈ ਜਿਹੜੀ ਅਵੀ ਬਣੀ ਹੈ ਜੇ ਕਿਸੇ ਭਰਾ ਨੂੰ ਇਸ ਦਾ ਸਬੂਤ ਚਾਹੀਦਾ ਹੋਵੇ ਉਹ ਮੈਂ ਉਸੇ ਟਾਈਮ ਪਰਸਨਲ ਵਟਸਐਪ ਤੇ ਮੰਗਾ ਦੇਗਾ ਲੋ ਜੀ ਵਡਿਆਈ ਸਾਹਿਬ ਦੀ ਗ੍ਰੇਟ ਹੋਣ ਬਿਸਮਿਲ੍ਲਾ ਪੜੋ ਜਨਾਬ ਕਿੰਨੇ ਦੀ ਝੋਟੀ ਦੇ ਛੜਨੀ ਹੈ ਪਾ ਜੇ ਤੇ ਹੁੰਦਾ ਨਾ ਜਾ ਜੀ ਤੇ ਗੱਲ ਕਰਨੀ ਸੀ ਹੋਰ ਠੀਕ ਹੈ ਹੋਰ ਮੁੱਲਾਂ ਦੀ ਐ ਵੀ ਝੋਟੀ ਹੋਰ ਮੁੱਲਾਂ ਦੀ ਹੈ ਜਿਹੜਾ ਮੈਂ ਮੁੱਲ ਲਾੜਨਾ ਕੋ ਨਹੀਂ ਪਾ ਜੀ ਇੰਨੇ ਦੇ ਡੰਗਰ ਕੋਲ ਲੱਭ ਠੀਕ ਹੋ ਗਿਆ ਜੇ ਕਿਸੇ ਭਰਾ ਨੂੰ ਝੋਟੀ ਘੁੱਟ ਕੇ ਪਸੰਦ ਆਈ ਨਾ ਜੀ 3,30,000 ਦੀ ਝੋਟੀ ਦੇ ਯਾਰ ਰਾਜ਼ੀ ਆ ਤੇਰੇ ਤੇ ਬੜਾ ਚਾ ਜਿਸ ਭਰਾ ਨੂੰ ਪਸੰਦ ਆਵੇ 3,30,000 30,000 ਦੁੱਧ ਪਾ ਜੀ ਮੂੰਹ ਨਾਲ ਜਿੱਡਾ ਲਿਬਾਸ ਹੋ ਜਿੱਡੀ ਨਸਲ ਵਿੱਚ ਨਾ ਮੈਂ 14-15 ਆਖਾਂ ਨਾ ਆਪਣਾ ਜ਼ਮੀਰ ਨੀ ਆਂਦਾ ਵੈਰੀ ਗੁੱਡ ਜੀ ਗੱਲ ਕਰਨੀ ਹੈ ਸੱਚੀ ਦੇ ਖਰੇ ਲੋ ਜੀ ਜਿਸ ਭਰਾ ਨੂੰ ਪਸੰਦ ਆਵੇ ਜਨਾਬ 3,30,000 ਇਸ ਝੋਟੀ ਦੀ ਜਨਾਬ ਡਿਮਾਂਡ ਹੈ ਅੱਜ ਬੰਦੇ ਦੀ ਕਦਰ ਪਿਆਰ ਨੂੰ ਬਜਟ ਹੈ ਨਾ ਇਹ ਜ਼ਰੂਰ ਹੋਵੇਗਾ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਭਾਈ ਮੈਂ ਦੱਸਣ ਦਾ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫਨ ਕਰ ਲੈਣਾ ਤੇ ਅੱਲਾ ਪਾਕ ਰੱਖੇ ਖੈਰ ਇਸ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਨਾਰੇ ਹੈਦਰੀ।